السلام علیکم وعلیکم السلام بھائی کی حال ہے ٹھیک ٹھاک بھائی آپ کا نام کی ہے اظہر اقبال علاقہ کیڑا جی علاقہ جلدوہ اچھا مجھاں دا کاروبار کنے سالاں تو کر دے پئے ہو تقریباً بچپن دے اچھا عمر ماشاءاللہ کنی کے جس ٹائم چویاں سالاں وچ تسی بچپن تو کام کر دے پئے ہو اگر ہی پوچھئے کہ مجھاں دے کاروبار نو کیسا پایا تے کی کہو گے خوش ہو اپنے کام تے بعض لوگ کہندے نے کہ کام بڑا اوکھا ہے کام تے پھر کوئی بھی اوکھا تے ہوندا ہی ہے کام ٹھیک اچھا اے کام عام طور تے لوگ اوکھا کیوں سمجھدے نے عام طور تے نو اوکھا ایسا سمجھدے نے تے چھٹی چھٹی کوئی نہیں ہوندی چھٹی واقعی کوئی نہیں جی انہاں نوں محنت کرنی پیندی ہے ٹھیک ہے اے تے ہو گئی ہے جی کہہ لو کہ خامی خوبی وی اس کاروبار دی دسو کوئی خوبی جی اس کاروبار دا مزہ یا خوبی کی ہے ਇਸ ਕਾਰੋਬਾਰ 'ਚ ਮਜ਼ਾ ਹੀ ਮਜ਼ਾ ਹੈ ਆਪਣੇ ਡੇਰੇ 'ਤੇ ਬਹੀਦਾ ਸਕੂਨ ਨਾਲ ਆਪਣੇ ਡੇਰੇ ਕੰਮ ਸ਼ੰਮ ਕਰੀਦਾ ਜੀ ਨਾਲ ਜ਼ਮੀਨਦਾਰ ਵੀ ਕਰ ਦੇਈਦਾ ਛੋਟਾ ਮੋਟਾ ਮਤਲਬ ਮਿਹਨਤ ਤੋਂ ਬਾਅਦ ਇੱਜ਼ਤ ਵੀ ਮਿਲਦੀ ਹੈ ਪਹਿਚਾਣ ਵੀ ਮਿਲਦੀ ਹੈ ਅਤੇ ਰੋਟੀ ਵੀ ਦਿੰਦਾ ਰੋਟੀ ਵੀ ਦਿੰਦਾ ਠੀਕ ਹੈ ਅੱਛਾ ਫੁੱਲ ਟਾਈਮ ਇਹੀ ਕਾਰੋਬਾਰ ਕਰਦੇ ਹੋ ਫੁੱਲ ਟਾਈਮ ਇਹੀ ਕਰ ਘਰ ਦੇ ਕਿੰਨੇ ਅਫਰਾਦ ਇਸ ਕਾਰੋਬਾਰ ਨਾਲ ਮੁਨਸਲਿਕ ਹੋ ਤਕਰੀਬਨ ਤਿੰਨ ਹੈ ਤਿੰਨ ਬੰਦੇ ਇਹਨਾਂ ਨੂੰ ਸਾਂਭਦੇ ਹੋ ਤੇ ਘਰ ਦਾ ਗੁਜ਼ਾਰਾ ਇਹੀ ਮੱਝਾਂ ਤੋਂ ਕਰਦੇ ਹੋ ਇਹੀ ਮੱਝਾਂ ਕਰਦੀਆਂ ਸੋਹਣਾ ਸਰ ਕਰੇ ਦੇ ਦਿੱਤੀਆਂ ਮਾਸ਼ਾਅੱਲਾ ਇਹ ਦੱਸੋ ਕਿ ਤੁਹਾਡੇ ਕੋਲ ਟੋਟਲ ਮਾਸ਼ਾਅੱਲਾ ਕਿੰਨੀਆਂ ਕੁ ਮੱਝਾਂ ਨੇ ਇਸ ਟਾਈਮ ਤੇ ਨੇ ਮੱਝਾਂ ਨੇ 10 ਮੱਝਾਂ ਨੇ 10 ਮੱਝਾਂ ਨੇ ਦੋ ਗਾਵਾਂ ਨੇ ਹੋਰ ਛੋਟੇ ਮੋਟੇ ਗਾਵਾਂ ਨੇ ਅੱਛਾ ਇਹ ਦਸਾਂ ਮੱਝਾਂ ਦੇ ਵਿੱਚ ਕਿਹੜੀ ਕਿਹੜੀ ਨਸਲ ਦੀਆਂ ਮੱਝਾਂ ਨੇ ਨਸਲਾਂ ਦੀ ਥੋੜੀ ਬਹੁਤੀ ਪਹਿਚਾਣ ਰੱਖਦੇ ਹੋ ਨਹੀਂ ਨਸਲ ਦੀ ਕੋਈ ਨਹੀਂ ਇਸ ਤਰ੍ਹਾਂ ਹੀ ਵੇਚਦੇ ਹੋ ਕਿੱਥੋਂ ਲੈ ਕੇ ਆਉਂਦੇ ਹੋ ਇਹ ਲੁੱਡਾ ਨੰਬੂਰਾ ਵੈੜੀ ਅੱਛਾ ਨੀਲੀ ਦੇ ਇਲਾਕੇ ਵਿੱਚ ਜਾਂਦੇ ਨੀਲੀ ਦੇ ਇਲਾਕੇ ਵਿੱਚ ਜਾਂਦੇ ਠੀਕ ਇਹ ਸਾਰੀਆਂ ਮੱਝਾਂ ਵਿੱਚ ਦੁੱਧ ਦੇਣ ਵਾਲੀਆਂ ਮੱਝਾਂ ਇਸ ਟਾਈਮ ਕਿੰਨੀਆਂ ਨੇ ਸਾਰੀਆਂ ਦੁੱਧ ਦੇਣ ਵਾਲੀਆਂ ਮਾਸ਼ਾਅੱਲਾ ਰੋਜ਼ ਦਾ ਕਿੰਨੇ ਕੁ ਮਨ ਅੱਲਾ ਦੁੱਧ ਦੇ ਛੱਡਦਾ ਹੈ ਇਸ ਟਾਈਮ ਮਈਆਂ ਜਿਹੜੀਆਂ ਨੇ ਕੁਛ 6 ਮਹੀਨੇ ਹੋਏ ਆ ਸੂਈਆਂ ਨੂੰ ਦੁੱਧ ਕੋਈ 60 ਕਿਲੋ 62 ਕਿਲੋ ਜਿਹੜਾ ਹੋ ਜਾਣਾ ਜਾਂਦਾ ਅੱਛਾ ਇਹ ਦੁੱਧ ਥੋੜਾ ਨਹੀਂ ਮੱਝਾਂ ਦੇ ਹਿਸਾਬ ਨਾਲ ਮੱਝਾਂ ਖਾਂਗੜੀਆਂ ਹੋ ਗਈਆਂ ਨਾ ਅੱਛਾ ਖਾਂਗੜੀਆਂ ਮੱਝਾਂ ਇਹ ਸੂਆ ਹੋ ਗਿਆ ਸੂਆ ਹੋ ਗਿਆ ਮੱਝਾਂ ਅੱਛਾ ਜਦੋਂ ਸਰ ਖਾਂਗੜੀਆਂ ਮੱਝਾਂ ਹੋ ਜਾਂਦੀਆਂ ਨੇ ਸੂਆ ਹੋ ਜਾਂਦਾ ਤੇ ਫਿਰ ਉਦੋਂ ਡੇਰੀ ਫਾਰਮ ਲਾਸ ਵਿੱਚ ਨਹੀਂ ਜਾਂਦਾ ਨਹੀਂ ਸਾਡਾ ਸਿਸਟਮ ਹੋ ਗਿਆ ਫਿਰ ਵੀ ਚੱਲਦਾ ਸਿਸਟਮ ਤੁਹਾਡਾ ਅੱਛਾ ਪੈਲੀ ਬੰਨਾ ਆਪਣਾ ਜੇ ਪੈਲੀ ਬੰਨਾ ਆਪਣਾ ਕਿੰਨਾ ਕੁ ਪੈਲੀ ਬੰਨਾ ਜੇ ਪੈਲੀ ਬੰਨਾ ਹੈ ਕੁਛ 6 ਜੀ 6 ਕਿਲੋ ਨਾਲ ਮੱਝਾਂ ਦਾ ਸੋਹਣਾ ਗੁਜ਼ਾਰਾ ਹੁੰਦਾ ਨਾਲ ਠੇਕੇ ਵੀ ਲਈ ਜੇ ਠੇਕੇ ਤੇ ਕਿੰਨੀ ਲਈ ਜੇ ਠੇਕੇ ਵੀ 6-7 ਕਿਲੋ ਨਾਲ ਠੀਕ ਹੈ ਤੂੜੀ ਕਿੰਨੇ ਕੁ ਕਿਲਿਆਂ ਦੀ ਸੰਭਾਲ ਲੈਂਦੇ ਹੋ 12-13 ਕਿਲੋ ਤੇ ਸੀਜ਼ਨ ਲੰਘ ਜਾਂਦਾ ਸੀਜ਼ਨ ਲੰਘ ਜਾਂਦਾ ਠੀਕ ਹੈ ਇਹ ਜਗ੍ਹਾ ਜਿਹੜਾ ਸ਼ੈੱਡ ਹੈ ਤੁਹਾਡਾ ਕਮਰਾ ਕਿੰਨੀ ਕੁ ਜਗ੍ਹਾ ਤੇ ਜੇ ਸ਼ੈੱਡ ਦੀ 16 ਫੁੱਟ ਜੇ ਚੜਾਈ ਤੇ 60 ਫੁੱਟ ਲੰਬਾਈ ਅੱਛਾ ਤੇ ਕਿੰਨੇ ਕੁ ਜਾਨਵਰ ਦੇ ਅੰਦਰ ਬੰਨੇ ਜਾ ਸਕਦੇ ਨੇ ਇਹਦੇ ਅੰਦਰ ਬੜੀ ਤੇ ਮੇਰੇ 28-29 ਜਾਨਵਰ 28-29 ਵੱਜ ਸਕਦੇ ਨੇ ਤੇ ਗਰਮੀਆਂ ਸਰਦੀਆਂ ਵਿੱਚ ਇਹੀ ਤੁਹਾਡਾ ਸ਼ੈੱਡ ਹੈ ਠੀਕ ਹੈ ਇਹ ਦੱਸੋ ਤੁਹਾਡੇ ਫਾਰਮ 'ਤੇ ਕਿਸੇ ਮੱਝ ਨੇ ਵੱਧ ਤੋਂ ਵੱਧ ਕਿੰਨਾ ਕੁ ਦੁੱਧ ਦਿੱਤਾ ਵੱਧ ਤੋਂ ਵੱਧ 24 ਕਿਲੋ 24 ਕਿਲੋ ਅਤੇ ਘੱਟ ਤੋਂ ਘੱਟ ਦੁੱਧ ਦੇਣ ਵਾਲੀਆਂ ਮੱਝਾਂ ਕਿੰਨੀਆਂ ਕੁ ਨੇ ਘੱਟ ਤੋਂ ਵੱਧ ਨਾਰਮਲ 8 ਕਿਲੋ 10 ਕਿਲੋ 8 ਕਿਲੋ 10 ਕਿਲੋ ਠੀਕ ਹੁੰਦਾ ਅੱਛਾ ਇਹ ਦੱਸੋ ਕਿ ਮੱਝਾਂ ਨੂੰ ਖੁਰਾਕ ਵਿੱਚ ਕੀ ਪਾਉਂਦੇ ਹੋ ਖੁਰਾਕ ਵਿੱਚ ਇਹ ਖਲ ਬਣਾਉਣਾ ਖਲ ਬਣਾਉਣਾ ਇੱਕ ਮੱਝ ਨੂੰ ਕਿੰਨੀ ਖਲ ਬਣਾਉਣਾ ਪਾਉਂਦੇ ਹੋ ਦੋ ਤਿੰਨ ਕਿਲੋ ਠੀਕ ਹੈ ਤੇ ਉਹਦੇ ਨਾਲ ਫਿਰ ਹੋਰ ਕੀ ਕੋਈ ਚਾਰਾ ਸਬਜ਼ ਚਾਰਾ ਪਾਉਂਦੇ ਠੀਕ ਹੈ ਅੱਛਾ ਇਹ ਦੱਸੋ ਕਿ ਨਾਲ ਵਪਾਰ ਵੀ ਕਰਦੇ ਹੋ ਵਪਾਰ ਵੀ ਕਰੀਦਾ ਠੀਕ ਹੈ ਤੇ ਆਮ ਤੌਰ 'ਤੇ ਵਪਾਰ ਵਾਸਤੇ ਤੁਸੀਂ ਆਪੇ ਜਾਨਵਰ ਲੈਣ ਜਾਂਦੇ ਹੋ ਜਾਂ ਕੋਈ ਵੱਡਾ ਜਾਨਵਰ ਲੈਣ ਜਾਂਦਾ ਹੈ ਵੱਡਾ ਜਾਨਵਰ ਬੂਰੀ ਜਾਂਦਾ ਉਸੇ ਇਲਾਕੇ ਵਿੱਚ ਜਾਂਦੇ ਨੇ ਠੀਕ ਹੈ ਇਹ ਦੱਸੋ ਕਿ ਜਿਹੜੇ ਜਾਨਵਰ ਤੁਹਾਡੇ ਇਹ ਸਾਰੇ ਨੇ ਇਹਨਾਂ ਦੀ ਸਫਾਈ ਸੁਥਰਾਈ ਫਾਰਮ ਦੀ ਸਫਾਈ ਸੁਥਰਾਈ ਕਿੰਨੀ ਕਿੰਨੀ ਦੇਰ ਬਾਅਦ ਕਰਦੇ ਹੋ ਕਰਛੜੀ ਦੀ ਹੈ ਪਰਸੋਂ ਚੌਰ ਜਾਨਵਰ ਨਵਾਲੇ ਹੈ ਨਾ ਵੈਸੇ ਗਰਮੀਆਂ ਆ ਗਈਆਂ ਨੇ ਰੋਜ਼ ਸਫਾਈ ਹੋਣੀ ਕਰਨੀ ਹੈ ਨਾਲੇ ਨਾ ਕਰਨਾ ਆਪ ਸਰਦੀਆਂ ਵਿੱਚ ਪ੍ਰੇਜ਼ ਕੀਤਾ ਜਾਂਦਾ ਸਰਦੀਆਂ ਪ੍ਰੇਜ਼ ਕੀਤਾ ਜਾਂਦਾ ਅੱਛਾ ਤਿੰਨ ਬੰਦੇ ਘਰ ਦੇ ਲੱਗੇ ਹੋ ਕੋਈ ਮੁਲਾਜ਼ਮ ਵੀ ਰੱਖਿਆ ਜੇ ਨਹੀਂ ਮੁਲਾਜ਼ਮ ਕੋਈ ਨਹੀਂ ਮੁਲਾਜ਼ਮ ਕੋਈ ਨਹੀਂ ਰੱਖਿਆ ਠੀਕ ਇਹ ਦੱਸੋ ਕਿ ਇਹ ਕਾਰੋਬਾਰ ਦੇ ਵਿੱਚ ਤੁਹਾਨੂੰ ਤੁਹਾਡੇ ਤਜਰਬੇ ਵਿੱਚ ਮੱਝਾਂ ਦੀ ਆਮ ਤੌਰ 'ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਹਮਣੇ ਆਈਆਂ ਨੇ ਬਿਮਾਰੀਆਂ ਹੁੰਦੇ ਆ ਇਹ ਗਲਘੋਟੂ ਗਲਘੋਟੂ ਇਹ ਹੁਣ ਚੱਲਦੀ ਹੈ ਬਈ ਅੱਛਾ ਚਲਦੀ ਪਈ ਹੈ ਪਿਛਲੇ ਸਾਲ ਦੀ ਜਿਹੜੀ ਨਾ ਇਹ ਬਿਮਾਰੀ ਸਾਰੇ ਤਕਰੀਬਨ ਜਾਨਵਰਾਂ ਨੂੰ ਹੋ ਗਈ ਅੱਛਾ ਗੋਏ ਦੇ ਵਿੱਚ ਹੋਏ ਜਿਹੜੀਆਂ ਖੂਨੀਆਂ ਜੀ ਉਹ ਬਿਮਾਰੀ ਆਈ ਤੇ ਕੀ ਇਲਾਜ ਕੀਤਾ ਤੇ ਹੁਣ ਗਲਘੋਟੂ ਤੋਂ ਬਚਣ ਦਾ ਇਲਾਜ ਕੀ ਕਰਦੇ ਪਏ ਹੋ ਗਲਘੋਟੂ ਵਾਲਾ ਰਹਿਮ ਵੀਰੇ ਸਾਡੇ ਡੰਗਰਾਂ ਤੋਂ ਕੋਈ ਨਹੀਂ ਆਇਆ ਠੀਕ ਹੈ ਕੋਈ ਵੈਕਸੀਨੇਸ਼ਨ ਕਰਵਾਈ ਸੀ ਵੈਕਸੀਨੇਸ਼ਨ ਕਰਾਈ ਸੀ ਗੇਤਰੀ ਆਏ ਹਨ ਸਰਕਾਰੀ ਅੱਛਾ ਹਫਾਸੀ ਟਿੱਕੇ ਮੱਝਾਂ ਨੂੰ ਲਾਉਂਦੇ ਰਹਿੰਦੇ ਹੋ ਘੱਟ ਵਾਧੀ ਘੱਟ ਵਾਧੀ ਲਾਉਂਦੇ ਹੋ ਅੱਛਾ ਤੇ ਬਾਕੀ ਇਹਨਾਂ ਦੀ ਕਿਰਮ ਕਸ਼ੀ ਸਫਾਈ ਕਿੰਨੀ ਕੁ ਦੇਰ ਬਾਅਦ ਕਰਦੇ ਹੋ ਕੀਤੀ ਨਹੀਂ ਕਦੇ
ਕਦੇ ਨਹੀਂ ਕੀਤੀ? ਨਹੀਂ, ਵੇਖੋ ਤੁਸੀਂ ਮਾਸ਼ਾਅੱਲਾ ਫਾਰਮਰ ਹੋ, ਕਾਫੀ ਸਾਲਾਂ ਦਾ ਤਜਰਬਾ ਹੈ, ਇਹਨਾਂ ਦੀ ਕਿਰਮ ਕਸ਼ੀ ਤੇ ਬੜੀ ਜ਼ਰੂਰੀ ਹੈ। ਜ਼ਰੂਰੀ ਤੇ ਹੈ ਤੇ ਇਹਨਾਂ ਚ ਜਾਨਵਰ ਹੀ ਨਹੀਂ ਇਹ ਰੱਖੀਦਾ। ਅੱਛਾ, ਤੁਸੀਂ ਵਪਾਰ ਵੀ ਕਰਦੇ ਹੋ? ਵਪਾਰ ਵੀ ਕਰੀਦਾ। ਵਪਾਰ ਵਿੱਚ ਵੱਧ ਮਜ਼ਾ ਹੈ ਜਾਂ ਦੁੱਧ ਵਿੱਚ ਵੱਧ ਮਜ਼ਾ? ਦੋਨੋਂ ਕੰਮ ਕਰੀਦੇ ਨੇ ਜੀ। ਦੋਨੋਂ ਕੰਮ ਕਰਦੇ ਹੋ? ਹਾਂਜੀ, ਠੀਕ ਹੈ। ਅੱਛਾ, ਐਂਡ ਤੇ ਤੁਸੀਂ ਦੱਸੋ ਕਿ ਜਿਹੜੇ ਪਾਕਿਸਤਾਨ ਤੋਂ ਲੋਕ ਤੁਹਾਨੂੰ ਵੇਖਣਾ ਚਾਹੁੰਦੇ, ਵੇਖਦੇ ਪਏ ਨੇ ਤੇ ਮੱਝਾਂ ਦਾ ਕਾਰੋਬਾਰ ਕਰਨਾ ਚਾਹ ਰਹੇ ਨੇ, ਤੁਸੀਂ ਉਹਨੂੰ ਮੱਤ ਮਸ਼ਵਰਾ ਕੀ ਦਿਓਗੇ? ਮੱਤ ਮਸ਼ਵਰਾ ਉਹਨਾਂ ਨੂੰ ਕੀ ਦੇਣਾ ਯਾਰ, ਕਰਨ ਕਾਰੋਬਾਰ ਜਿਹਦੇ ਮਤਾ ਹੀ ਮਤਾ ਹੈ ਜੀ। ਸਗੋਂ ਦੁੱਧ ਹੁਣ 10 ਮਹੀਨੇ ਨਾ ਸਜਰਾ ਮਹੀਆਂ ਹੋਣ ਤੇ ਭੈੜਿਆ ਹੋਣਾ ਨਹੀਂ, 8-10 ਹਜ਼ਾਰ ਰੁਪਇਆ ਆ ਬੱਚਤ ਆਉਂਦੀ ਹੈ, ਬੱਚਤ ਆ ਜਾਂਦੀ ਹੈ। ਲਓ ਜੀ, ਬਹੁਤ ਸ਼ੁਕਰੀਆ, ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਟਾਈਮ ਸਾਡੇ ਕੋਲ ਵੀ ਘੱਟ ਹੈ, ਤੁਹਾਡੇ ਕੋਲ ਵੀ ਘੱਟ ਹੈ, ਅੱਲਾਹ ਤਾਲਾ ਤੁਹਾਡਾ ਹਾਮੀ ਨਾਸਰੇ। ਵਾਹ ਵਾਹ ਸਾਰੀ ਮਿਹਰਬਾਨੀ।